a South Asian Canadian channel Meta ਦੀ ਮਲਕੀਅਤ ਵਾਲੀ ਐਪ WhatsApp ਨੇ ਫਰਵਰੀ ਵਿੱਚ 45 ਲੱਖ ਤੋਂ ਵੱਧ ਖਾਤਿਆਂ ਉੱਤੇ ਪਾਬੰਦੀ ਲਗਾਈ ਹੈ ਜੋ ਇਸ ਤੋਂ ਪਿਛਲੇ ਮਹੀਨਿਆਂ ਵਿੱਚ ਲਗਾਈ ਗਈ ਪਾਬੰਦੀ ਦੇ ਮੁਕਾਬਲੇ ਕਾਫੀ ਵੱਧ ਹੈ WhatsApp ਨੇ ਭਾਰਤ ਬਾਰੇ ਆਪਣੀ ਮਹੀਨਾਵਾਰ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ WhatsApp ਨੇ ਜਨਵਰੀ ਵਿੱਚ 29 ਲੱਖ ਦਸੰਬਰ ਵਿੱਚ 36 ਲੱਖ ਤੇ ਨਵੰਬਰ ਵਿੱਚ 37 ਲੱਖ ਖਾਤਿਆਂ ਉਤੇ ਪਾਬੰਦੀ ਲਗਾਈ ਸੀ ਯੂਜ਼ਰ ਸਿਕਿਉਰਿਟੀ ਸੰਬੰਧੀ ਇਸ ਰਿਪੋਰਟ ਵਿੱਚ ਯੂਜ਼ਰਸ ਤੋਂ ਮਿਲੀਆਂ ਸ਼ਿਕਾਇਤਾਂ ਅਤੇ ਉਹਨਾਂ ਦੇ ਵਟਸਐਪ ਵੱਲੋਂ ਕੀਤੀ ਗਈ ਕਾਰਵਾਈ ਦਾ ਬਿਓਰਾ ਦਿੱਤਾ ਗਿਆ ਹੈ ਨਾਲ ਹੀ ਐਪ ਦੀ ਦੁਰਵਰਤੋਂ ਰੋਕਣ ਲਈ ਵਟਸਐਪ ਵੱਲੋਂ ਕੀਤੀ ਗਈ احتਿਆਤਨ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ ਹੈ ਵਟਸਐਪ ਦੇ ਇੱਕ ਬੁਲਾਰੇ ਨੇ ਕਿਹਾ ਕਿ ਮਹੀਨਾਵਾਰ ਰਿਪੋਰਟ ਮੁਤਾਬਕ ਵਟਸਐਪ ਨੇ ਫਰਵਰੀ ਦੇ ਮਹੀਨੇ ਵਿੱਚ 45 ਲੱਖ ਤੋਂ ਵੱਧ ਖਾਤਿਆਂ 'ਤੇ ਪਾਬੰਦੀ ਲਗਾਈ ਕਿਸੇ ਭਾਰਤੀ ਖਾਤੇ ਦੀ ਪਛਾਣ +91 ਫੋਨ ਨੰਬਰ ਰਾਹੀਂ ਕੀਤੀ ਜਾਂਦੀ ਹੈ ਸ਼ਨੀਵਾਰ ਨੂੰ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 1 ਫਰਵਰੀ 2023 ਤੋਂ 28 ਫਰਵਰੀ 2023 ਵਿਚਾਲੇ 4597400 ਵਟਸਐਪ ਖਾਤਿਆਂ 'ਤੇ ਪਾਬੰਦੀ ਲਗਾਈ ਗਈ ਹੈ ਇਨ੍ਹਾਂ 'ਚੋਂ 12,98,000 ਖਾਤਿਆਂ ਉੱਤੇ ਯੂਜ਼ਰਸ ਵੱਲੋਂ ਕੋਈ ਸ਼ਿਕਾਇਤ ਮਿਲਣ ਤੋਂ ਪਹਿਲਾਂ ਹੀ ਐhtਿਆਤਨ پابੰਦੀ ਲਗਾਈ ਗਈ। ਫਰਵਰੀ ਦੌਰਾਨ 2204 ਸ਼ਿਕਾਇਤਾਂ ਰਿਪੋਰਟ ਮਿਲੀਆਂ ਅਤੇ 504 ਖਾਤਿਆਂ ਉੱਤੇ ਕਾਰਵਾਈ ਕੀਤੀ ਗਈ। ਕੁੱਲ ਰਿਪੋਰਟਾਂ ਵਿੱਚੋਂ 2548 ਵਿੱਚ پابੰਦੀ ਦੀ ਅਪੀਲ ਕੀਤੀ ਗਈ ਸੀ, ਜਦੋਂ ਕਿ ਹੋਰ ਸ਼ਿਕਾਇਤਾਂ ਅਕਾਊਂਟ سپورਟਸ, ਪ੍ਰੋਡਕਟ سپورਟਸ, ਸੁਰੱਖਿਆ ਤੇ ਹੋਰ ਮੁੱਦਿਆਂ ਨਾਲ ਸੰਬੰਧਿਤ ਸਨ। रिपोर्ट ਵਿੱਚ ਕਿਹਾ ਗਿਆ ਅਸੀਂ ਮਿਲਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਦਾ ਜਵਾਬ ਦਿੰਦੇ ਹਾਂ ਸਿਰਫ ਉਹਨਾਂ ਸ਼ਿਕਾਇਤਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਜੋ ਬਿਲਕੁਲ ਪਿਛਲੀ ਸ਼ਿਕਾਇਤ ਜਹੀਆਂ ਹੁੰਦੀਆਂ ਨੇ ਆਈਟੀ ਐਕਟ ਦੇ ਤਹਿਤ ਵੱਡੇ ਡਿਜੀਟਲ ਪਲੇਟਫਾਰਮ ਲਈ ਹਰ ਮਹੀਨੇ ਅਨੁਪਾਲਨ ਰਿਪੋਰਟ ਪ੍ਰਕਾਸ਼ਿਤ ਕਰਨੀ ਲਾਜ਼ਮੀ ਹੁੰਦੀ ਹੈ ਇਸ ਰਿਪੋਰਟ ਵਿੱਚ ਮਿਲੀਆਂ ਸ਼ਿਕਾਇਤਾਂ ਤੇ ਉਹਨਾਂ ਉੱਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਹੁੰਦਾ ਹੈ a south asian canadian channel